ਨਕੋਦਰ ਸ਼ਹਿਰ ਦੇ ਪਿੰਡ ਕੰਗ ਸਾਬੂ ਵਿਖੇ ਸਰਦਾਰ ਗਿਆਨ ਸਿੰਘ ਕੰਗ ਜੀ ਦੇ ਵੱਲੋਂ ਅਤੇ ਟੋਰਾਂਟੋ ਸਮਾਜ ਸੇਵਾ ਐਸੋਸੀਏਸ਼ਨ ਵੱਲੋਂ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ ਲਗਵਾਇਆ ਗਿਆ, ਜਿਸ ਦੇ ਵਿੱਚ ਅੱਖਾਂ ਦਾ ਅਤੇ ਹੋਰ ਵੀ ਜਨਰਲ ਬਿਮਾਰੀਆਂ ਦਾ ਫ੍ਰੀ ਮੈਡੀਕਲ ਕੈਂਪ ਲਗਵਾਇਆ ਗਿਆ, ਜੋ ਕਿ NRI ਨੇ ਬਹੁਤ ਹੀ ਵੱਡਾ ਪਿੰਡ ਵਾਸਤੇ ਉਪਰਾਲਾ ਕੀਤਾ ਹੈ। ਜੋ ਸਾਡੇ ਜਲੰਧਰ ਦੇ ਵਿੱਚ ਹੀ ਨਹੀਂ ਅਮਰੀਕਾ ਜਿਹੜੀ ਆਪਣੀ ਲੰਗਰ ਦੀ ਬੜੀ ਮਹਾਨ ਸ਼ਖਸੀਅਤ ਹੋਈ ਹੈ, ਜਿਹਨਾਂ ਦੀ ਆਪਣੇ ਇਲਾਕੇ ਨੂੰ, ਆਪਣੇ ਜ਼ਿਲ੍ਹੇ ਨੂੰ, ਪੰਜਾਬ ਨੂੰ ਬਹੁਤ ਵੱਡੀ ਦੇਣ ਹੈ। ਉਹਨਾਂ ਪੁਰਾਣੇ ਸਮੇਂ 'ਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹਨਾਂ ਨੇ ਆਪਣੇ ਪਿੰਡ ਲਈ, ਆਪਣੇ ਇਲਾਕੇ ਲਈ, ਸਮਾਜ ਲਈ ਬਹੁਤ ਬਹੁਤ ਵਧਾਈ। ਖਾਸ ਕਰਕੇ ਗਿਆਨ ਸਿੰਘ ਜੀ ਕੰਗ, ਗੁਰਦੇਵ ਸਿੰਘ ਜੀ ਕੰਗ ਮੇਰੇ ਸਾਹਮਣੇ ਬੈਠੇ ਆ, ਅਸੀਂ ਉੱਥੇ ਅਕਸਰ ਮਿਲਦੇ ਰਹਿੰਦੇ ਹਾਂ। ਤੋ ਇਹਨਾਂ ਦਾ ਬਹੁਤ ਹੀ ਵੱਡਾ, ਅੱਜ ਤੋਂ 8-9 ਸਾਲ ਤੋਂ ਪਹਿਲਾਂ ਲੋਕਾਂ ਦੀ ਸੇਵਾ ਕਰਦੇ ਨੇ ਔਰ ਸਾਡੇ ਇਹ ਹਜ਼ਾਰ ਦੀ ਵਾਦੀ ਆ, ਥੋੜੀਆਂ ਗ੍ਰਾਂਟਾਂ ਨੇ ਕੀ ਇਹਦੇ ਬਣਦਾ ਕੁਛ ਨੀਗਾ। ਸੋ ਅਸੀਂ ਇਹਨਾਂ ਤੋਂ ਹਮੇਸ਼ਾ ਆਸ ਰੱਖਦੇ ਹਾਂ ਕਿ ਪੰਜਾਬ ਸਰਕਾਰ ਹੇਕ ਖਿਮਾ ਦਾ ਜਾ ਕੇ ਅਮਰਾਜ ਸਾਹਿਬ ਤੋਂ ਅਸੀਂ ਗਾਹਾਂ ਵਾਸਤੇ ਮਨੁੱਖਾ ਦੇਹ ਨੂੰ, ਆਪਣੇ ਮਨੁੱਖਾ ਦਿਲ ਨੂੰ, ਆਪਣੀ ਕਮਾਈ ਨੂੰ ਸਫਲ ਕਰਦੇ ਹਨ। ਉੱਥੇ ਨਾਲ ਨਾਲ ਆਪਣੇ ਪਿਤਾ ਜੀ ਦੀ ਯਾਦ ਹੁਣ ਆਪਣਾ ਫਾਇਦਾ ਲੈਣ ਵਾਸਤੇ ਸ਼ਰਾਰਤਬਾਜ਼ੀ ਕਰ ਰਿਹਾ ਹੈ। ਮੈਂ ਵਿੱਚ ਸ਼ਰਾਰਤਬਾਜ਼ੀ ਨਹੀਂ ਹੁੰਦੀ ਚਾਹੀਦੀ, ਪਿੰਡ ਦੇ ਵਿੱਚ ਇਹਨਾਂ ਤੋਂ ਕੰਮ ਲਵੋ, ਏਦਾਂ ਦੇ ਲੀਡਰ ਸਾਨੂੰ ਨਹੀਂ ਮਿਲਦੇ, ਨਹੀਂ ਮਿਲਦੇ। ਮੈਂ ਬਹੁਤ ਹੀ ਦੁਖੀ ਹਿਰਦੇ ਨਾਲ ਇਹ ਗੱਲ ਕਹਿੰਦਾ ਵੀ ਇਹ ਲੀਡਰ ਏਦਾਂ ਦੇ ਸਾਨੂੰ ਕਦੀ ਵੀ। ਬਹੁਤ ਧੰਨਵਾਦ ਸਰਦਾਰ ਕੇਮ ਸਿੰਘ ਜੀ, ਸਾਬਕਾ ਸਰਪੰਚ ਸਾਹਿਬ। ਸੋ ਮੈਂ ਦੱਸਣਾ ਚਾਹੁੰਦਾ, ਮੈਨੂੰ ਯਾਦ ਹੈ ਕਿ ਸਰਦਾਰ ਬਿਆਨ ਸਿੰਘ ਦੀ ਸਰਕਾਰ ਬਣੀ ਆ ਤੇ ਪਹਿਲੀ ਵਾਰੀ ਅੱਗੇ ਤੋਂ ਪਰਲੇ ਪਾਸੇ ਵਾਣਾ ਵਾਲੇ ਰੋਡ ਤੇ ਪ੍ਰੋਗਰਾਮ ਹੋਇਆ ਸੀਗਾ ਤੇ ਇਹਨਾਂ ਨੇ ਪਿੰਡ ਦੇ ਵਿਕਾਸ ਵਾਸਤੇ DM ਸਾਹਿਬ ਨੂੰ ਸੱਦਿਆ ਤੇ ਪੱਗ ਨੂੰ ਹੋਰ ਉੱਚਾ ਕਰੇ, ਉਹਦੀ ਸ਼ਖਸੀਅਤ ਨੂੰ ਹੋਰ ਜਨ ਲਾਵੇ, ਇਸਾਂ ਦਾ ਅਸੀਂ ਸਨਮਾਨ ਕਰੀਏ। ਕਿਉਂਕਿ ਸਾਨੂੰ ਬਹੁਤ ਖੁਸ਼ੀ ਆ ਕਿ ਨਗਰ ਦੇ ਵਿੱਚ ਜਿੰਨੇ ਵੀ ਡਾਕਟਰ ਸਾਹਿਬ ਆਉਂਦੇ ਆ ਆਪਣਾ ਕੀਮਤੀ ਸਮਾਂ ਕੱਢਦੇ ਨੇ
ਲੋੜਵੰਦੀ ਸਹਾਇਤਾ ਕਰਨੀ ਉਸ ਤੇ ਬਿਲਕੁਲ ਹੀ ਇਨ ਬਿਲ ਲਾਗੂ ਹੁੰਦਾ ਹੈ। ਸਮਾਜ ਸੇਵਾ ਦਾ ਕੈਂਪ ਜੋ ਲਾਇਆ ਦੇ ਪਰਿਵਾਰ ਬਾਹਰੋਂ ਆ ਕੇ ਹਰ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੇ ਨਗਰ ਦੇ ਸਰਦਾਰ ਗਿਆਨ ਸਿੰਘ ਜੀ ਕਾਂਗਰਸ ਪ੍ਰਧਾਨ ਵਿਸ਼ਵ ਪੰਜਾਬੀ ਕਾਨਫਰੰਸ ਸਮਾਜ ਸੇਵਾ ਐਸੋਸੀਏਸ਼ਨ ਟੋਰਾਂਟੋ ਉੱਥੋਂ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ 10ਵਾਂ ਅੱਖਾਂ ਦਾ ਅਤੇ ਜਨਰਲ ਮੈਡੀਕਲ ਦਾ ਜੋ ਵਿਸ਼ਾਲ ਕੈਂਪ ਲਾਇਆ ਜਾ ਰਿਹਾ ਜਿਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਮਰੀਜ਼ ਆ ਉਹਦਾ ਲਾਹਾ ਲੈ ਰਹੇ ਨੇ। ਅਸੀਂ ਨਗਰ ਵੱਲੋਂ ਗ੍ਰਾਮ ਪੰਚਾਇਤ ਵੱਲੋਂ ਕਾਂਗਰਸ ਸਮਾਜ ਸੇਵਾ ਐਸੋਸੀਏਸ਼ਨ ਵੱਲੋਂ ਇਹ ਜਾਗਰਤੀ ਕਲੱਬ ਵੱਲੋਂ ਸਾਰੀਆਂ ਹੀ ਨਗਰ ਦੀਆਂ ਸੰਗਤ ਵੱਲੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹਾਂ ਕਿ ਐਡਾ ਮਹਾਨ ਨੇਕ ਕਾਰਜ ਸਾਡੇ ਨਗਰ ਦੇ ਵਿੱਚ ਕਰਦੇ ਨੇ। ਉਹਨਾਂ ਦੀ ਸਮੁੱਚੀ ਜਿਹੜੀ ਟੀਮ ਆ ਉਹ ਸਰਦਾਰ ਇੰਦਰ ਸਿੰਘ ਕੰਗ ਸਾਡੇ ਜੋ ਕਿ ਬਹੁਤ ਉੱਘੇ ਸਮਾਜ ਸੇਵਕ ਹੋਏ ਉਹਨਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਕੈਂਪ ਲਾਉਂਦੇ ਨੇ। ਸੋ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਅਤੇ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਦੇ ਮਹਾਨ ਕਾਰਜ ਕਰਦੇ ਰਹਿਣਗੇ। ਅਸੀਂ ਨਗਰ ਵੱਲੋਂ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਾਂਗੇ ਅਤੇ ਪਰਮਾਤਮਾ ਇਹੋ ਜਿਹੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ੇ। ਮੈਨੂੰ ਇਹ ਗੱਲ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਸਰਦਾਰ ਗਿਆਨ ਸਿੰਘ ਕੰਗ ਹੋਰਾਂ ਨੇ, ਉਹਨਾਂ ਦੀ ਸਮੁੱਚੀ ਟੀਮ ਨੇ, NRI ਭਰਾਵਾਂ ਨੇ ਪੰਚਾਇਤ ਦੇ ਸਹਿਯੋਗ ਦੇ ਨਾਲ ਜੋ ਇਹ ਮੈਡੀਕਲ ਕੈਂਪ ਲਾਇਆ, ਇਸ ਦੇ ਨਾਲ ਪਿੰਡ ਦੇ ਲੋਕਾਂ ਨੂੰ, ਖਾਸ ਕਰਕੇ ਪਿੰਡ ਜਿਹੜੀਆਂ ਔਰਤਾਂ ਹੈਗੀਆਂ ਉਹਨਾਂ ਨੂੰ ਇਸ ਦਾ ਬਹੁਤ ਲਾਭ ਹੋਊਗਾ। ਇਹ 10ਵਾਂ ਕੈਂਪ ਹੈ, ਹਰ ਸਾਲ ਇਹ ਕੈਂਪ ਲਾਉਂਦੇ ਹੈ ਔਰ ਇਸ ਕੈਂਪ ਦੇ ਨਾਲ ਇਹ ਆਪਣੇ ਪਿੰਡ ਨਾਲ ਜੁੜੇ ਹੈ, ਆਪਣੀ ਭਾਸ਼ਾ ਨਾਲ ਜੁੜੇ ਹੈ, ਆਪਣੀ ਕੌਮ ਨਾਲ ਜੁੜੇ ਹੈ, ਆਪਣੇ ਸੂਬੇ ਨਾਲ ਜੁੜੇ। ਇਹਨਾਂ ਜਿੰਨੇ ਵੀ NRI ਪਰਿਵਾਰ ਆਪਣੇ ਆਏ ਆ ਬਾਹਰੋਂ, ਕੈਨੇਡਾ ਤੋਂ ਜਾਂ ਹੋਰ ਦੂਸਰੇ ਮੁਲਕਾਂ ਤੋਂ, ਹਰ ਸਾਲ ਦੀ ਤਰ੍ਹਾਂ ਇੱਥੇ ਆਪਣੇ ਬਜ਼ੁਰਗਾਂ ਦੀ ਯਾਦ ਵਿੱਚ ਮੁਫ਼ਤ ਅੱਖਾਂ ਦਾ ਅਤੇ ਮੈਡੀਕਲ ਕੈਂਪ ਲਾਉਂਦੇ ਆ, ਜਿਸ ਵਿੱਚ ਮੁੱਖ ਜਿਹੜੀ ਹੈਗੀ ਸੇਵਾ ਸਰਦਾਰ ਗਿਆਨ ਸਿੰਘ ਜੀ ਕੰਗ ਸਾਹਿਬ ਦੀ, ਸਰਦਾਰ ਗੁਰਦੇਵ ਸਿੰਘ ਜੀ ਕੰਗ ਸਾਹਿਬ ਦੀ, ਸਾਰੇ ਕੰਗ ਪਰਿਵਾਰ ਦੀ ਆ। ਅਤੇ ਉੱਥੇ ਇਹਨਾਂ ਨੇ ਬੜੀ ਮਹਾਨ ਸੰਸਥਾ ਕਾਇਮ ਕੀਤੀ ਹੈ ਜਿਹਨੂੰ ਕਹਿੰਦੇ ਨੇ ਟੋਰਾਂਟੋ ਸਮਾਜ ਸੇਵਾ ਐਸੋਸੀਏਸ਼ਨ। ਉਦੋਂ ਇਹ ਸਾਰੇ ਜਿੰਨੇ ਮੈਂਬਰ ਨੇ ਸਭ ਨੂੰ ਨਾਲ ਸ਼ਾਮਿਲ ਕਰਕੇ ਸਾਰੇ ਟੋਰਾਂਟੋ ਤੋਂ ਜਾਂ ਹੋਰ ਕੈਨੇਡਾ ਦੇ ਪਾਸ ਆਪਣੇ ਸੂਬਿਆਂ 'ਚੋਂ ਪੰਜਾਬੀ ਆਉਂਦੇ ਆ, ਇੱਥੇ ਆਪਣੇ ਇਸ ਪਿੰਡ ਕੰਗ ਸਾਹਿਬੋਂ ਆ ਕੇ ਇਹ ਮੈਡੀਕਲ ਕੈਂਪ ਅਤੇ ਅੱਖਾਂ ਦਾ ਕੈਂਪ ਲਾਉਂਦੇ ਆ। ਸੋ ਬਹੁਤ ਹੀ ਵੱਡੀ ਸੇਵਾ ਆ ਜਿਹੜੀ NRI ਆਪਣੇ ਵੀਰ ਪੰਜਾਬ ਦੀ ਧਰਤੀ 'ਤੇ ਆਪਣੇ ਪਿੰਡਾਂ ਵਿੱਚ ਆ ਕੇ ਕਰਦੇ ਆ, ਅਤੇ ਖਾਸ ਤੌਰ 'ਤੇ ਗਰੀਬਾਂ ਵਾਸਤੇ ਕਰਦੇ ਆ। ਜਿੰਨੀ ਵੀ ਇਹਨਾਂ ਦੀ ਸਿਫਤ ਕਰ ਲਓ ਉਨੀ ਥੋੜ੍ਹੀ ਹੈ, ਅਤੇ ਮੈਂ ਆਪਣੇ ਵੱਲੋਂ, ਸਾਰੇ ਇਲਾਕੇ ਵੱਲੋਂ, ਸਾਰੀ ਸੰਗਤ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਅਰਦਾਸ ਕਰਦੇ ਹਾਂ, ਕਾਮਨਾ ਕਰਦੇ ਹਾਂ ਗੁਰੂ ਮਹਾਰਾਜ ਅੱਗੇ, ਪਰਮਾਤਮਾ ਅੱਗੇ, ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਜਿਹੜੇ NRI ਆਪਣੇ ਵੀਰ ਨੇ, ਪਰਿਵਾਰ ਨੇ ਜਿਹੜੇ ਵਿਦੇਸ਼ਾਂ ਵਿੱਚ ਰਹਿੰਦੇ ਆ, ਐਵੇਂ ਜਿਵੇਂ ਸੇਵਾ ਕਰਦੇ ਰਹਿਣ, ਆਪਣੇ ਪਿੰਡਾਂ ਜਾ ਕੇ ਗਰੀਬਾਂ ਦੀ, ਲੋੜਵੰਦਾਂ ਦੀ ਸੇਵਾ ਕਰਨ ਅਤੇ ਆਪਣੀ ਇਸ ਧਰਤੀ ਨਾਲ, ਇਸ ਮਿੱਟੀ ਨਾਲ ਜੁੜ ਕੇ ਰਹਿਣ, ਇਹਨਾਂ ਦਾ ਬਹੁਤ ਜ਼ਿਆਦਾ ਆਸਰਾ ਹੈ ਸਾਰੇ ਪੰਜਾਬ ਨੂੰ ਅਤੇ ਖਾਸ ਤੌਰ 'ਤੇ ਗਰੀਬਾਂ ਨੂੰ। ਸੋ ਸਰਦਾਰ ਗਿਆਨ ਸਿੰਘ ਜੀ ਕੰਗ ਨੂੰ, ਸਰਦਾਰ ਗੁਰਦੇਵ ਸਿੰਘ ਜੀ ਕੰਗ ਨੂੰ, ਸਾਰੇ ਇਹਨਾਂ ਦੇ ਸਾਥੀਆਂ ਨੂੰ, ਜਿਹੜੀ ਟੋਰਾਂਟੋ ਸਮਾਜ ਸੇਵਾ ਐਸੋਸੀਏਸ਼ਨ ਆ, ਉਹਨੂੰ ਬਹੁਤ ਬਹੁਤ ਅੱਜ ਦੇ ਕੈਂਪ ਦੀਆਂ ਵਧਾਈਆਂ ਦਿੰਦਾ। ਇਹ ਸਭ ਤੋਂ ਪਹਿਲਾਂ ਅਸੀਂ 9 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਕੈਂਪ, ਜਿਹੜਾ ਕਿ ਸਿਰਫ ਮੈਡੀਕਲ ਕੈਂਪ ਨਹੀਂ ਸੀ, ਅੱਖਾਂ ਦਾ ਕੈਂਪ ਸੀਗਾ। ਉਸ ਤੋਂ ਬਾਅਦ ਅਸੀਂ ਪਹਿਲਾਂ ਨਕੋਦਰ ਦੇ ਵਿੱਚ ਇਹ ਕੈਂਪ ਲਾਇਆ ਸੀਗਾ, ਇਸ ਮਕਸਦ ਲਈ ਤੁਰੇ ਸੀ ਕਿ ਇਹ ਜ਼ਿਆਦਾ ਸਫਲ ਨਹੀਂ ਹੋਣਾ, ਕਿਉਂਕਿ ਉਸ ਟਾਈਮ ਕੋਈ ਸਾਡੇ ਨਾਲ ਉੱਥੇ ਕੋਈ ਖਾਸ ਸਾਥ ਨਹੀਂ ਦਿੱਤਾ ਗਿਆ ਸੀਗਾ। ਅਗਲੇ ਸਾਲ ਸਾਡੇ ਨਾਲ ਜਿਹੜੀ ਕਿ ਉੱਥੇ ਸਮਾਜ ਸੇਵਾ ਐਸੋਸੀਏਸ਼ਨ ਆ,
ਉਹਨਾਂ ਨੇ ਆਣ ਕੇ ਮੇਰੇ ਉੱਥੇ ਸਟੋਰ 'ਤੇ ਆਣ ਕੇ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਡਾ ਪੂਰਾ ਸਹਿਯੋਗ ਦਿੰਦੇ ਹਾਂ, ਤੁਸੀਂ ਆਪਣੇ ਪਿੰਡ ਦੇ ਵਿੱਚ ਇਹ ਕੈਂਪ ਲਾਓ ਕਿ ਇਲਾਕੇ ਨੂੰ ਇਹਦਾ ਕੋਈ ਨਾ ਕੋਈ ਫਾਇਦਾ ਹੋ ਸਕੇ। ਉਸ ਪਹਿਲੇ ਕੈਂਪ ਦੇ ਵਿੱਚ ਤਕਰੀਬਨ ਸਾਡੇ ਕੋਲ 300-400 ਮਰੀਜ਼ ਆਏ ਸੀ ਸਰ, ਉਸ ਵੇਲੇ ਅੱਖਾਂ ਦਾ ਕੈਂਪ ਸੀਗਾ। ਉਸ ਤੋਂ ਬਾਅਦ ਅਸੀਂ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਇਸ ਇਲਾਕੇ ਨੂੰ ਬਹੁਤ ਲੋੜ ਆ ਮੈਡੀਕਲ ਦੀ, ਅਤੇ ਤਕਰੀਬਨ ਇਹ ਜਿਹੜਾ ਇਸ ਵੇਲੇ ਆ 10ਵਾਂ ਕੈਂਪ ਆ, ਜਿਹੜਾ ਕਿ 3 ਸਾਲ ਹੋ ਗਏ ਅਸੀਂ ਮੈਡੀਕਲ ਐਂਡ ਅੱਖਾਂ ਦਾ ਕੈਂਪ ਲਾ ਰਹੇ ਹਾਂ, ਜਿਹਦੇ ਵਿੱਚ ਸਾਡੇ ਕੋਲ 10-12 ਡਾਕਟਰ ਜਿਹੜੇ ਆ ਮੈਡੀਕਲ ਦੇ ਡਿਫਰੈਂਟ ਜਿੱਦਾਂ ਕਿ ਬੋਨ ਦੇ, ਹਾਰਟ ਦੇ, ਅਤੇ ਜਿਹੜੇ ਕਿ ਨੱਕ ਦੇ, ਕੰਨ ਦੇ, ਜਿਹੜੇ ਕਿ ਗਲੇ ਦੇ, ਔਰ ਜਿਹੜਾ ਕਿ ਦੰਦਾਂ ਦੇ, ਸਾਡੇ ਕੋਲ ਵੱਡੇ ਹੋਸਪਿਟਲਾਂ ਦੇ ਵਿੱਚੋਂ ਡਾਕਟਰ ਆ ਰਹੇ ਆ, ਜਿਹੜੇ ਕਿ ਹਾਈ ਐਂਡ ਡਾਕਟਰ ਜਿਹੜੇ ਕਿ ਇਸ ਇਲਾਕੇ ਜਲੰਧਰ ਦੇ ਵਿੱਚ ਆ, ਉਹ ਆਣ ਕੇ ਫ੍ਰੀ ਮੈਡੀਕਲ ਚੈੱਕ ਕਰਦੇ ਆ ਔਰ ਉਹਨਾਂ ਨੂੰ ਦਵਾਈਆਂ ਦਿੰਦੇ ਆ 2-2 ਹਫ਼ਤੇ ਦੀਆਂ। ਸਰ ਆਪਣੇ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਸਹਿਯੋਗ ਦਿੰਦੇ ਆ ਮੈਨੂੰ, ਜਿਸ ਤਰ੍ਹਾਂ ਮੈਨੂੰ ਵੱਲ ਬੱਚਣ ਮੈਂ ਆਪਣੇ ਵੱਧ ਵੱਧ